ਜੱਡਾਂ ਮਰਵੰਜਾਂ ਸੈਦ ਸਾਕਬ ਸ਼ਾਹ ਜੀ ਬਿਸਮਿਲਾ ਕਰਾਂ ਸਰਕਾਰ ਦੇ ਆਜ਼ਾਦਾਰ ਵਸਦੇ ਰਹੋ ਸਦਾ ਉਹ ਜਾਈ ਵਸਦੀਆਂ ਰਹਿਣ ਜਿੱਥੇ ਮੇਰੇ ਮਾਲਕ ਦਾ ਜ਼ਿਕਰ ਹੁੰਦਾ ਹੈ ਸਦਾ ਉਹ ਖਾਨਦਾਨ ਆਬਾਦ ਰਹਿਣ ਜਿਹੜੇ ਮੇਰੇ ਮਾਲਕਾਂ ਦੇ ਜ਼ਿਕਰ ਦਾ ਇਹਤਮਾਮ ਕਰਦੇ ਸਦਾ ਤੁਸੀਂ ਆਜ਼ਾਦਾਰ ਵਸਦੇ ਰਹੋ ਜਿਹੜੇ ਦੂਰ ਨਜ਼ਦੀਕ ਤੋਂ ਚੱਲ ਕੇ ਮਾਲਕਾਂ ਦਾ ਜ਼ਿਕਰ ਸੁਣਾਉਣਾ ਆਉਂਦੇ ਹੋ ਸਭ ਤੋਂ ਵੱਡੀ ਦੁਆ ਇਹ ਪਾਕ ਮਖਦੂਮਾ ਸੈਣ ਹਸਨੈਨ ਕਰੀਮੈਨ ਸ਼ਰੀਫੈਨ ਦੀ ਪਾਕ ਮੁਕੱਦਸਾ ਮਾਂ ਤੁਹਾਨੂੰ ਕਿਸੇ ਕਮੀਨੇ ਦਾ ਮੁਹਤਾਜ ਨਾ ਕਰਨ ਸਦਾ ਆਪਣਾ ਮੁਹਤਾਜ ਰੱਖਣ ਜੱਡਾਂ ਮੈਂ ਮਰਵੰਜਾਂ ਹਰ ਆਜ਼ਾਦਾਰ ਦੀ ਇਹ ਖਾਹਿਸ਼ ਹੈ ਮੇਰੀ ਵੀ ਇਹ ਖਾਹਿਸ਼ ਹੈ ਤੁਹਾਡੀ ਵੀ ਇਹ ਖਾਹਿਸ਼ ਹੋਣੀ ਚਾਹੀਦੀ ਹੈ ਜੱਡਾਂ ਮੈਂ ਮਰਵੰਜਾਂ ਮੈਂ ਮੂੰਹ 'ਤੇ ਲਵਾਂ ਖਾਕ ਕਰਬਲ ਦੀ ਜੱਡਾਂ ਮੈਂ ਮਰਵੰਜਾਂ ਮੈਂਢੇ ਮੂੰਹ 'ਤੇ ਲਵਾਂ ਖਾਕ ਕਰਬਲ ਦੀ ਯਾ ਇੱਕਾ ਬਹਾਨਾ ਹੀ ਖੁਦਾ ਕੋ ਮੂੰਹ ਦਿਖਾਉਣ ਦਾ ਨਾਰਾ ਹੈ ਦਰੀ ਇਹ ਸਨ ਸੈਯਦਜ਼ਾਦਾ ਸੈਯਦ ਅਲੀ ਰਜ਼ਾ ਬਾਦਸ਼ਾਹ ਹੁਣ ਤੁਹਾਡੇ ਸਾਹਮਣੇ ਸੈਯਦ ਸਾਕਬ ਅਬਾਸ ਮੌਲਾ ਦੇ ਸੋਹਣੇ ਸੁਨਾ ਖਾਨ ਬਾਦਸ਼ਾਹ ਦੇ ਸੋਹਣੇ ਜ਼ਾਕਰ ਜਨਾਬ ਜ਼ਾਕਰ ਸੈਯਦ ਸਾਕਬ ਅਬਾਸ ਆਪ ਮੰਡੀ ਬੋਲਦੇ ਇਹਨਾਂ ਤੋਂ ਫੌਰਨ ਬਾਅਦ ਜ਼ਾਕਰ ਅਲੀ ਕਮਰ ਹੁਸੈਨੀ ਆਪ ਲੈਦਰ ਸੈਯਦ ਸਾਕਬ ਅਬਾਸ ਦੁਆ ਜ਼ਹੂਰ ਇਮਾਮ ਜ਼ਮਾਨਾ ਅਲੈਹਿ ਸਲਾਤੁ ਵਸਲਾਮ ਅੱਲਾਹੁਮ ਸੱਲਿ ਅਲਾ ਮੁਹੰਮਦ ਵਾਲ ਮੁਹੰਮਦ ਅੱਲਾਹੁਮ ਕੁਲ ਵਲੀ ਕਲ ਹੁਜਤ ਇਬਨ ਅਲ ਹਸਨ ਅਸਕਰੀ ਅਲੈਹਿ ਸਲਾਤੁ ਵਸਲਾਮ ਸਲਵਾਤੁਕਾ ਅਲੈਹਿ ਵਲ ਆਬਾਹਿ ਫੀ ਹਾਜ਼ਰ ਸਾਤਿ ਵਫੀ ਕੁਲ ਸਾਤ ਮਿਨ ਸਾਤਿ ਲੈ ਲਿਵ ਨਹਾਰ ਵਲੀਯਨ ਵ ਹਾਫਿਜ਼ਨ ਵ ਕਾਇਦਨ ਵ ਨਾਸਿਰਾ ਹੁਵਾ ਦਲੀਲ ਵਾਇਨਾ ਹਤਾ ਤੁਸਕਨਹੁ ਅਰਜ਼ਕਾਤਹੁ ਵ ਤੁਮਤਿਹੁ ਫੀਹਾ ਤਵੀਲਾ ਯਾ ਰੱਬਾ ਮੁਹੰਮਦਨ ਵਾਲ ਮੁਹੰਮਦ ਸੱਲਿ ਅਲਾ ਮੁਹੰਮਦਨ ਵਾਲ ਮੁਹੰਮਦ ਵਾਜਲ ਫਰਜਾ ਕਾਇਮ ਆਲ ਮੁਹੰਮਦ ਮਲਿਕ ਅੱਲਾ ਸਫੀਜ਼ਾ ਵਿਛਾਈ ਕਬੂਲ ਫਰਮਾ ਮਲਿਕ ਅੱਲਾ ਸਨਸਰਨ ਮਾਸੂਮੀਨ ਅਲੈ ਇਸਲਾਮ ਦੀ ਸੀਰਤ ਚੱਲਣ ਦੀ ਤੌਫੀਕ ਅਤਾ ਫਰਮਾ ਮਲਿਕ ਅੱਲਾ ਇਹਨਾਂ ਮੋਮਨਾਂ ਦਾ ਦੂਰ ਨਜ਼ਦੀਕ ਤੋਂ ਚੱਲ ਆਇਆ ਆਪਣੇ ਪਾਕ ਦਰਬਾਰ ਕਬੂਲ ਫਰਮਾ ਸਰ ਮਿਲ ਕੇ ਅਮੀਨ ਆਖਿਆ ਮਲਿਕ ਅੱਲਾ ਸਾਡੇ ਹਕੀਕੀ ਵਾਰਸ ਦੇ ਜ਼ਹੂਰੀ ਤਾਜੀਲ ਫਰਮਾ ਸਰ ਮਿਲ ਕੇ ਬਵਾਜ਼ ਬੁਲੰਦ ਸਲਾਵਾਤ ਸਲਵਾਤ ਪੜ੍ਹਨਾ ਅਜ਼ੀਮ ਇਬਾਦਤ ਹੈ ਸਰ ਮਿਲ ਕੇ ਬਵਾਜ਼ ਬੁਲੰਦ ਸਲਾਵਾਤ ਬਿਲਕੁਲ ਇੱਕ ਸਤਰ ਫਜ਼ੈਲ ਦੀ ਇੱਕ ਸਤਰ ਮੁਸਾਹਿਬ ਦੀ ਇਨਸ਼ਾਅੱਲਾ ਵਸਦੇ ਰਹੋ ਤੁਹਾਡੇ ਅਤੇ ਮੇਰੇ ਛੇਵੇਂ ਬਾਦਸ਼ਾਹ 'ਤੇ ਇੱਕ ਬੰਦੇ ਨੇ ਸਵਾਲ ਕੀਤਾ ਉਸ ਆਖਿਆ ਮੌਲਾ ਇੱਕ ਬੰਦਾ ਖਲੋਤਾ ਹੋਵੇ ਮਕਾਮੇ ਅਰਾਫ 'ਤੇ ਇੱਕ ਬੰਦਾ ਖਲੋਤਾ ਹੋਵੇ ਤੁਹਾਡੇ ਦਾਦੇ ਹੁਸੈਨ ਦੀ ਜ਼ਰੀ 'ਤੇ ਮੌਲਾ ਦੱਸੋ ਇਹਨਾਂ 'ਚੋਂ ਕਬੂਲ ਕਿਸ ਦਾ ਹੈ ਮੇਰੇ ਮੌਲਾ ਉਸ ਦੇ ਚਿਹਰੇ ਦੇ ਪਾਸੇ ਵੇਖ ਕੇ ਆਖਦੇ ਨੇ ਜਿਹੜਾ ਮਕਾਮੇ ਅਰਾਫ 'ਤੇ ਖਲੋਤਾ ਹੈ ਅੱਲਾ ਜਾਣੇ ਉਸ ਦਾ ਕਬੂਲ ਹੈ ਜਾਂ ਨਹੀਂ ਜਿਹੜਾ ਮੇਰੇ ਦਾਦੇ ਹੁਸੈਨ ਦੀ ਜ਼ਰੀ 'ਤੇ ਖਲੋਤਾ ਹੈ ਮੈਂ ਜਾਫਰ ਸਾਦਕ ਪਿਆਨਾ ਕਬੂਲ ਹੈ ਕਿਤਨਾ ਮਕਾਮ ਹੈ ਇੱਕ ਬੰਦਾ ਤੁਹਾਡੇ ਅਤੇ ਮੇਰੇ ਸੱਤਵੇਂ ਬਾਦਸ਼ਾਹ ਦੇ ਸਾਹਮਣੇ ਆਇਆ ਉਸ ਆਖਿਆ ਮੇਰੇ ਮੌਲਾ ਦਿਲ ਦੀ ਹਸਰਤ ਹੈ ਦਿਲ ਚਾਹੁੰਦਾ ਹੈ ਜੋ ਮੈਂ ਕਰਬਲਾ ਵੰਜ ਕੇ ਤੁਹਾਡੀ ਜੱਦ ਦੀ ਜ਼ਿਆਰਤ ਕਰਾਂ ਮੌਲਾ ਮੇਰੇ ਹਾਲਾਤ ਠੀਕ ਨਹੀਂ ਜੇਬ ਸਾਥ ਨਹੀਂ ਦਿੰਦੀ ਮੈਂ ਕਿਆ ਕਰਾਂ ਮੇਰੇ ਮੌਲਾ ਫਰਮਾਇਆ ਅਗਰ ਤੂੰ ਜ਼ਹਿਨ ਵਿੱਚ ਸਵਾਲ ਹੀ ਪੈਦਾ ਕੀਤਾ ਹੈ ਸੁਬਾਹ ਉੱਠ ਕੇ ਖਾਰੀ 'ਚੋਂ ਬਾਹਰ ਨਿਕਲ ਕੇ ਨੇਕ ਅਤੇ ਸਾਲੇ ਮੋਮਨ ਦਾ ਚਿਹਰਾ ਵੇਖ ਕੇ ਮੁਸਕਰਾ ਛੋੜੀ ਮੈਂ ਮੂਸਾ ਕਾਜ਼ਮ ਪਿਆਨਾ 14 ਦਾ ਜ਼ਵਾਰ ਹੋ ਜਾ ਸੀ ਇਨਸ਼ਾਅੱਲਾ ਵਸਦੇ ਰਹੋ ਕਿਆ ਬਾਤ ਹੈ ਸਾਈਂ ਤੁਹਾਨੂੰ ਸਿਵਾਏ ਗਮੇ ਹੁਸੈਨ ਦੇ ਦੁਨੀਆਂ ਦਾ ਕੋਈ ਗਮ ਨਾ ਦੇਣ ਬਸ ਇੱਕ ਸੱਤਰ ਮੁਸਾਹਿਬ ਦੀ ਮਿੰਬਰ ਬਾਈ ਜਾਣ ਦੇ ਹਵਾਲੇ ਮੇਰਾ ਘਰ ਹੈ ਕੁੱਠਿਆਲਾ ਅਤੇ ਬੱਗਾ ਪੰਪ ਦੂਰ ਕੋਈ ਨਹੀਂ ਬਾਈ ਜਾਨ ਮੁਹੰਮਦ ਮੁਸਤਫਾ ਦੇ ਜਾਣ ਤੋਂ ਬਾਅਦ ਮੁਸਲਮਾਨ ਚਿੱਟੇ ਦੀ ਅੱਗ ਦਾ ਸਮਾਨ ਚਾ ਕੇ ਇਨਸ਼ਾਅੱਲਾ ਵਸਦੇ ਰਹੋ ਇਨਸ਼ਾਅੱਲਾ ਵਸਦੇ ਰਹੋ ਕਿਆ ਬਾਤ ਹੈ
ਚਿੱਟੇ ਦੀ ਅੱਗ ਦਾ ਸਮਾਨ ਚਾ ਕੇ ਉਸ ਦਰਵਾਜ਼ੇ 'ਤੇ ਆਏ ਨੇ ਜਿੱਥੇ ਨਬੀਆਂ ਦਾ ਸਰਦਾਰ ਖਲੋ ਕੇ ਆਦਾ ਇਨਮਾ ਯੁਰੀਦੁੱਲਾ। ਬਿਸਮਿਲ੍ਲਾ ਕਰਾਂ, ਛੱਲਾ ਵਸਦੇ ਰਹੋ ਬਾਈ ਜਾਨ। ਮੁਕਾਵਾਂ ਕਰੀਬ ਤੋਂ ਸ਼ੁਰੂ ਕਰਾਂ। ਤ੍ਰੈ ਜਮਾਦੀ ਉਲਸਾਨੀ 18 ਸਾਲ ਅਤੇ ਕੁਝ ਮਾਹ ਦੀ ਉਮਰ, ਪਾਕ ਬਤੂਲ ਦੇ ਸਰ ਦੇ ਵਾਲ ਸਫੈਦ, ਕਮਰ ਝੁਕ ਗਈ, ਅਲੀ ਬਾਦਸ਼ਾਹ ਕੋਲਾ ਕੇ ਬੈਠੇ। ਜ਼ਾਰਾ ਇਰਾਦਾ ਕੀਤਾ ਜੁੱਟ ਕੇ ਇਸਤਕਬਾਲ ਕਰਾਂ, ਮੈਂ ਸਲਾਮ ਕਰਾਂ। ਅਲੀ ਫਰਮਾਇਆ, ਜ਼ਹਰਾ ਤੁਸਾਂ 'ਤੇ ਸਲਾਮ ਵਾਜਿਬ ਕੋਈ ਨਹੀਂ, ਮੈਂ ਅਲੀ ਰਾਜ਼ੀ, ਮੇਰਾ ਅੱਲਾ ਰਾਜ਼ੀ, ਤੁਹਾਡਾ ਨਾਨਾ ਮੇਰਾ, ਤੁਹਾਡਾ ਪੁੱਤਰਾਂ ਦਾ ਨਾਨਾ ਰਾਜ਼ੀ। ਅਜ਼ਾਦਾਰੋ, ਮੇਰੇ ਇਮਾਮ ਪਾਕ ਜ਼ਹਰਾ ਦੀ ਸਰਹੰਦੀ ਬਹਿ ਗਏ। ਜ਼ਹਰਾ ਦਾ ਸਰ ਚਾ ਕੇ ਮੇਰੇ ਇਮਾਮ ਨੇ ਆਪਣੀ ਝੋਲੀ 'ਚ ਰੱਖਿਆ। ਫਰਮਾਇਆ, ਜ਼ਹਰਾ ਤਬੀਅਤ ਦਾ ਕੇ ਹਾਲ ਏ? ਬੀਬੀ ਆਦੀ, ਯਾ ਅਲੀ, ਮੇਰੀ ਔਲਾਦ ਦੀ ਪਾਰਤ ਹੋ ਵੀ ਮੇਰੀ ਮੁੱਕ ਗਈ ਏ। ਅਜ਼ਾਦਾਰੋ, ਜਨਾਖਨ ਮੇਰੀ ਮੁੱਕ ਗਈ ਏ। ਕਾਫ਼ੀ ਵਸੀਤਾਂ ਜਿਹੜੀਆਂ ਬੀਬੀ ਕੀਤੀਆਂ, ਮੈਂ ਸਾਰੀਆਂ ਛੁੜਿਆਂਦਾ ਪਿਆ। ਅਲੀ ਫਰਮਾਇੰਦੇ ਨੇ, ਜ਼ਹਰਾ ਕੋਈ ਵਸੀਅਤ? ਬੀਬੀ ਆਦੀ, ਯਾ ਅਲੀ, ਮੇਰਾ ਜਨਾਜ਼ਾ ਅਦਰਾ ਤੇਰੇ ਚਾਵੇਂ। ਯਾ ਅਲੀ, ਮੇਰੀ ਦੂਜੀ ਵਸੀਅਤ, ਮੇਰੇ ਜਨਾਜ਼ੇ ਚੋ ਨਿਆ ਮਨ ਜਿਨਾ ਮੇਰਾ ਮੌਸਮ ਸ਼ਹੀਦ ਕੀਤਾ। ਬੀਬੀ ਆਦੀ, ਯਾ ਅਲੀ, ਮੇਰੇ ਜਨਾਜ਼ੇ ਚੋ ਨਿਆ ਮਨ ਜਿਨਾ ਮੇਰੇ ਬਾਬੇ ਦਾ ਜਨਾਜ਼ਾ ਕੋਈ ਨਹੀਂ ਬੜਿਆ। ਅਦਾਦਾਰਾ, ਬੀਬੀ ਅਗਲੀ ਵਸੀਅਤ ਉਹ ਜੀ ਕੀਤੀ, ਅਲੀ ਬਾਦਸ਼ਾਹ ਦੀ ਪੇਸ਼ਾਨੀ ਦੀਵਾਰ ਨਾਲ ਲੱਗੀ। ਬੀਬੀ ਆਦੀ, ਯਾ ਅਲੀ, ਮੇਰੀ ਕਬਰ ਬਣਾਉਣ ਤੋਂ ਬਾਅਦ ਮੇਰੀ ਕਬਰ ਦਾ ਨਿਸ਼ਾਨ ਮਿਟਾ ਜੋ। ਸ਼ਾਲਾ ਵਸਤੇ ਰਹੋ। ਮੁਸਲਮਾਨਾ, ਮੇਰਾ ਹਯਾ ਨਹੀਂ ਕੀਤਾ, ਮੇਰੀ ਕਬਰ ਦਾ ਹਯਾ ਨਾ ਕਰ ਸੈਣ। ਅਜ਼ਾਦਾਰਾ, ਸਵਾਲ ਕਰੋ ਸੈਯਦਜ਼ਾਦਾ ਭਰਾ ਮਦੀਨਾ ਹੀ ਮੁਹੰਮਦ ਮੁਸਤਫਾ ਦੀ ਕੱਲੀ ਧੀ ਦਾ ਜਨਾਜ਼ਾ ਹੀ ਕਿੰਨਾ ਰਸ਼ਾਈ, ਕਹਿ ਕਹਿ ਜਨਾਜ਼ਾ ਜਾਇਆ। ਰੱਬੇ ਮੁਹੰਮਦ ਦੀ ਕਸਮ, ਪਹਿਲਾ ਪਾਵਾ ਅਲੀ ਬਾਦਸ਼ਾਹ ਨੇ ਚਾਹੇ, ਦੂਜਾ ਪਾਵਾ ਸਲਮਾਨ ਚਾਹੇ, ਤੀਜਾ ਪਾਵਾ ਚਾਵਣ ਵਾਲਾ ਮਰਦ ਕੋਈ ਨਹੀਂ, ਫੀਜ਼ਾ ਚਵਾਏ ਹਕਲ ਮਾਰ ਗਿਆ ਦਿਆ ਅਲੀ ਦੁਆ। ਤਾਰੀਖ ਹੀ ਵੱਧ ਗਈ ਹੈ, ਪਹਿਲੀ ਗਲੀ ਚਲੀ ਆਏ ਦੂਸਰੀ ਚਾਹ